ਤਸ਼ਰੀਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜਿਹਾ ਇਹਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਇੱਥੇ ਸਿਮਿਆਂ ਚੋਂ ਪਈਆਂ ਭਾਜੜਾਂ ਪੁੱਲਸ ਕਰ ਰਹੀ ਹੈ ਹੁਣ ਜੋਰਾਂ ਤੇ ਖੋਜ ਤੁਹਾਡੇ ਨਾਲ ਖਬਰ ਕਰਾਂਗੇ ਪੂਰੀ ਸਾਂਝੀ ਵੀਡੀਓ ਦੇਖਿਓ ਅੰਤ ਤੱਕ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਖਬਰ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜੀ ਜਿਸ ਕਾਰਨ ਨੌਜਵਾਨਾਂ ਨੇ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਕਟਨਾਵਾਂ ਜਿਹੜੀਆਂ ਦੇਖਣਾਂ ਤੇ ਸੁਣਦੇ ਵਿੱਚ ਆਉਂਦੀਆਂ ਨੇ ਸੋ ਜ਼ਿੰਮੇਵਾਰੀ ਦੇ ਤਹਿਤ ਜਦੋਂ ਜਲੰਧਰ ਦੀ ਪੁਲਿਸ ਨੇ ਬਾਬਾ ਦਾਦਮਾਲ ਸ਼ਮਸ਼ਾਨਪੂਰਵੀ ਕੇ ਰੇਡ ਕੀਤੀ ਤਾਂ ਉੱਥੇ ਬੈਠੇ ਤਿੰਨ ਸ਼ੱਕੀ ਨੌਜਵਾਨ ਭੱਜ ਗਏ ਉਸ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਹ ਨੌਜਵਾਨ ਆਪਣੀ ਬਾਈਕ ਨੂੰ ਉੱਥੇ ਹੀ ਛੱਡ ਗਏ ਜਿਸ ਨੂੰ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਲਿਆ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਕਿਹਾ ਕਿ ਰੂਟੀਨ ਚੈਕਿੰਗ ਦੌਰਾਨ ਜਦੋਂ ਉਹਨਾਂ ਨੇ ਸ਼ਮਸ਼ਾਨ ਘਾਟ ਦੇ ਵਿੱਚ ਰੇਡ ਕੀਤੀ ਤਾਂ ਸ਼ੱਕੀ ਹਾਲਤ ਵਿੱਚ ਬੈਠੇ ਤਿੰਨ ਨੌਜਵਾਨ ਬਾਈਕ ਨੂੰ ਉੱਥੇ ਛੱਡ ਕੇ ਭੱਜ ਨਿਕਲੇ ਤੇ ਮੌਕੇ ਤੇ ਕੋਈ ਨਸ਼ੀਲੀ ਚੀਜ਼ ਬਰਾਮਦਨੀ ਹੋਈ ਪਰ ਉਹਨਾਂ ਦੇ ਮੋਟਰਸਾਈਕਲ ਦੇ ਦਸਤਾਵੇਜ਼ਾਂ ਦੇ ਆਧਾਰ ਤੇ ਮਾਲਕ ਦੀ ਪਛਾਣ ਕਰ ਲਈ ਗਈ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਮਕਸੂਦਾ ਮੰਡੀ ਦੇ ਰਹਿਣ ਵਾਲੇ ਮੋਟਰਸਾਈਕਲ ਮਾਲਕ ਨੇ ਆਖਿਆ ਕਿ ਉਸ ਦਾ ਦੋਸਤ ਉਸ ਦੇ ਕੋਲੋਂ ਮੋਟਰਸਾਈਕਲ ਮੰਗ ਕੇ ਲੈ ਗਿਆ ਸੀ ਜਿਸ ਤੋਂ ਇਸ ਵਿਸ਼ੇ ਤੇ ਐਸਐਚਓ ਨੇ ਮੋਟਰਸਾਈਕਲ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਉਸ ਦੀ ਦੋਸਤ ਦੀ ਤਲਾਸ਼ ਕਰ ਰਹੇ ਹਨ ਜਿਸ ਤੋਂ ਬਾਅਦ ਸਾਰੀ ਸਚਾਈ ਸਾਹਮਣੇ ਆਵੇਗੀ ਸੋ ਵੱਡਾ ਸਸਪੈਂਸ ਜਿਹੜਾ ਕ੍ਰੀਏਟ ਹੋ ਗਿਆ ਹੈ ਕਿਉਂਕਿ ਨੌਜਵਾਨ ਸੀਗੇ ਜਿਹੜੇ ਉਹ ਬਾਬਾ ਦਾਦਮਾਲ ਸ਼ਮਸ਼ਾਨ ਭੂਮੀ ਦੇ ਵਿੱਚ ਬੈਠੇ ਹੋਏ ਸਨ ਸੋ ਸ਼ੱਕੀ ਨੌਜਵਾਨ ਸਨ ਸੋ ਪੁਲਿਸ ਨੂੰ ਦੇਖ ਕੇ ਉਹ ਭੱਜ ਗਏ ਨੇ ਮੋਟਰਸਾਈਕਲ ਛੱਡ ਕੇ ਦੇ ਨਾ ਤਾਂ ਮੋਟਰਸਾਈਕਲ ਤੋਂ ਕੋਈ ਨਸ਼ੀਲੀ ਚੀਜ਼ ਬਰਾਮਦ ਹੋਈ ਹੈ ਤੇ ਨਾ ਹੀ ਉਹ ਜਿੱਥੇ ਬੈਠੇ ਸਨ ਉਥੋਂ ਕੁਝ ਬਰਾਮਦ ਹੋਇਆ ਪਰ ਹੁਣ ਉਹਨਾਂ ਦੀ ਭਾਲ ਜਿਹੜੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਪੁਲਿਸ ਨੂੰ ਦੇਖ ਕੇ ਕਿਉਂ ਭੱਜੇ ਨੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਸੈਕਸ਼ਨ ਤੇ ਵਿੱਚ ਰੱਖ ਸਕਦੇ ਹੋ ਵੀ ਨੌਜਵਾਨ ਪੁਲਿਸ ਨੂੰ ਦੇਖ ਕੇ ਕਿਉਂ ਭੱਜਿਆ ਧੰਨਵਾਦ